ਅੱਜ ਸਸਤੀ ਕਾਲ ਦੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੰਗਲਿਸ਼ ਵੇਵ ਦੇ ਚੈਨਲ ਤੇ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਸਰਾ ਤੇ ਅੱਜ ਆਪਾਂ 12 ਤੋਂ 13 ਫਰਵਰੀ ਦੇ ਕਰੰਟ ਅਫੇਅਰ ਡਿਸਕਸ ਕਰਨ ਜਾ ਰਹੇ ਹਾਂ ਸੋ ਬਿਨਾ ਕਿਸੇ ਦੇਰੀ ਤੋਂ ਸਟਾਰਟ ਕਰਦੇ ਹਾਂ ਵਿਦ ਏਨ ਇਨਸਪੀਰੇਸ਼ਨਲ ਕੋਟ ਡੋਨਟ ਸਟਾਪ ਵੈਨ ਯੂ ਆਰ ਟਾਇਰਡ ਸਟਾਪ ਵੈਨ ਯੂ ਆਰ ਡਨ ਸੋ ਜਿੰਨਾ ਟਾਈਮ ਤੁਸੀਂ ਆਪਣਾ ਕੰਮ ਕਰਨ ਹੀ ਲੈਂਦੇ ਹੋੰਨਾ ਟਾਈਮ ਨੀ ਰੁਕਣਾ ਤੁਸੀਂ ਜੇ ਤੁਸੀਂ ਥੱਕ ਗਏ ਤੇ ਇਹਦਾ ਮਤਲਬ ਰੁਕਣਾ ਨਹੀਂ ਹੈਦਾ ਠੀਕ ਹੈ ਜੀ ਚਲੋ ਸੋ ਸਟਾਰਟ ਕਰਦੇ ਹਾਂ ਜੀ ਪਹਿਲੇ ਕਰੰਟ ਅਫੇਅਰ ਦੇ ਨਾਲ ਪੀਐਮ ਐਡਰੈਸਡ ਇਵੈਂਟ ਔਨ 200th ਬਰਥ ਐਨੀਵਰਸਰੀ ਆਫ ਸਵਾਮੀ ਦਯਾਨੰਦ ਸਰਸਵਤੀ ਦਯਾਨੰਦ ਸਰਸਵਤੀ ਬਹੁਤ ਫੇਮਸ ਪਰਸਨੈਲਿਟੀ ਹੋਈ ਹੈ ਜੀ ਇੰਡੀਅਨ ਹਿਸਟਰੀ ਦੀ ਤੇ ਇਹਦੇ ਬਾਰੇ ਪੜ੍ਹਦੇ ਆਂ ਆਜੋ ਪੀਐਮ ਨਰਿੰਦਰ ਮੋਦੀ ਐਡਰੈਸਟ ਐਨ ਇਵੈਂਟ ਵਰਚੂਅਲੀ ਔਨ ਦਾ 200th ਬਰਥ ਐਨੀਵਰਸਰੀ ਸੈਲੀਬ੍ਰੇਸ਼ਨ ਆਫ ਸਵਾਮੀ ਦਯਾਨੰਦ ਸਰਸਵਤੀ ਔਰਗੇਨਾਈਜ਼ਡ ਐਟ ਹਿਸ ਬਰਥ ਪਲੇਸ ਟੰਕਾਰਾ ਇਨ ਮਾਰਬੀ ਟੰਕਾਰਾ ਇੱਕ ਗੁਜਰਾਤ ਦੇ ਵਿੱਚ ਸਿਟੀ ਹੈ ਜੀ ਇੱਕ ਇਨਫੈਕਟ স্মੋਲ ਵਿਲੇਜ ਹੈ ਦਾਇਨਨ ਸਰਸਤੀ ਵੀ ਪੜਦੇ ਆ ਸਵਾਮੀ ਦਾਇਨਨ ਸਰਸਤੀ ਵਾਸ ਬੋਰਨ 12th ਆਫ ਫੈਬਰੂਰੀ 1824 ਇਨ ਟੰਕਾਰਾ ਆ ਟਾਊਨ ਲੋਕੇਟਡ ਇਨ ਦਾ ਵੈਸਟਰਨ ਇੰਡੀਅਨ ਸਟੇਟ ਆਫ ਗੁਜਰਾਤ ਸੋ origignal ਨੇਮ ਉਹਦਾ ਕੀ ਸੀ ਮੂਲ ਸ਼ੰਕਰ ਜਦੋਂ ਬਰਥਡੇ ਟਾਈਮ ਇਹਨਾਂ ਨਾਮ ਸੀਗਾ ਮੂਲ ਸ਼ੰਕਰ ਦਾਇਨਨ ਸਰਸਤੀ ਬਾਅਦ ਦੇ ਵਿੱਚ ਬਣਿਆ ਇੱਕ ਬਹੁਤ ਇੰਪੋਰਟੈਂਟ ਜਿਹੜੀ ਆਰਗੇਨਾਈਜੇਸ਼ਨ ਇਹਨਾਂ ਨੇ ਫਾਊਂਡ ਕੀਤੀ ਸੀ ਉਹਦਾ ਨਾਮ ਸੀ ਆਰਐਸ ਸਮਾਜ ਬਹੁਤ ਇੰਪੋਰਟੈਂਟ ਹੈ ਜੀ ਮੁੰਬਈ ਦੇ ਵਿੱਚ ਇਹਨਾਂ ਨੇ ਇਹ ਬੰਬੇ ਦੇ ਵਿੱਚ ਇਹਨਾਂ ਨੇ ਇਹ ਦੀ ਸਟੈਬਲਿਸ਼ਮੈਂਟ ਕੀਤੀ ਸੀ ਕਦੋਂ ਕੀਤੀ ਸੀ April 1875 ਜੀ ਠੀਕ ਹੈ ਜੀ ਕੁਝ ਬੁੱਕਸ ਦੇਖ ਲੈਣੇ ਆ ਸੁਆਮੀ ਦਾਇਨਾਂਸ ਸਰਸਤੀ ਨੇ ਲਿਖੀਆਂ ਜਿਹੜੀਆਂ ਅ ਪਹਿਲੀ ਹੈਗੀ ਬਹੁਤ ਇੰਪੋਰਟੈਂਟ ਆ ਸਤਿਆਰਥ ਪ੍ਰਕਾਸ਼ ਇਹ ਹਿਸਟਰੀ ਪੁਆਇੰਟ ਆਫ View ਤੋਂ ਸਟੈਟਿਕ ਦੇ ਵਿੱਚ ਬਹੁਤ ਵਾਰੀ ਕੁਐਸਚਨ ਬਣ ਜਾਂਦਾ ਹੈ ਕਿ ਸਤਿਆਰਥ ਪ੍ਰਕਾਸ਼ ਵਾਸ ਰਿਟਨ ਬਾਈ ਸੁਆਮੀ ਦਾਇਨਾਂਸ ਸਰਸਤੀ ਠੀਕ ਹੈ ਜੀ ਵੇਦ ਦਾ ਭਾਸ਼ਿਆ ਭਾਸ਼ਿਆ ਭੂਮਿਕਾ ਸੰਸਕਾਰ ਵਿਧੀ ਐਕਚੁਅਲੀ ਇਹਨਾਂ ਨੇ ਨਾ ਸਰਸਵਤੀ ਦਾਨਾ ਸਾਸਥੀ ਨੇ ਜਿਹੜੀ ਵੇਦਾਂ ਦੀ ਬਹੁਤ ਸਟੱਡੀ ਕੀਤੀ ਸੀ ਠੀਕ ਹੈ ਜੀ ਤਾਂ ਇੱਕ ਇਹਨਾਂ ਨੇ ਜਰਨਲ ਵੀ ਚਲਾਇਆ ਸੀ ਨਾਮ ਸੀ ਉਹਦਾ ਆਰਿਆ ਪੱਤਰਕਾ ਠੀਕ ਹੈ ਜੀ ਸੋ ਬਹੁਤ ਇੰਪੋਰਟੈਂਟ ਹੈ ਜੀ ਅਗਲਾ ਕਰੰਟ ਅਫੇਅਰ ਦੇਖਦੇ ਹਾਂ ਟਰੇਡ ਸਟਾਰਟਡ ਬਿਟਵੀਨ ਇੰਡੀਆ ਬੰਗਲਾਦੇਸ਼ ਥਰੂ ਪੋਰਟਸ ਔਨ ਗੰਗਾ ਗੰਗਾ ਜਿੱਥੇ ਬੇ ਆਫ ਬੰਗਾਲ ਦੇ ਵਿੱਚ ਡਿੱਗਦੀ ਆ ਜਾ ਕੇ ਉੱਥੇ ਇੱਕ ਬਹੁਤ ਵੱਡਾ ਡੈਲਟਾ ਬਣਦਾ ਜੀ ਦੁਨੀਆ ਦਾ ਸਰਨੋਂ ਵੱਡਾ ਡੈਲਟਾ ਜਿਹਨੂੰ ਕਹਿੰਦੇ ਨੇ ਸੁੰਦਰਬਨ ਡੈਲਟਾ ਠੀਕ ਹੈ ਜੀ ਫਸਟ ਜਿਹੜਾ ਮੈਨ ਗਰੂਪ ਡੈਲਟਾ ਉਹ ਠੀਕ ਹੈ ਜੀ ਸਰਨੋਂ ਵੱਡਾ ਡੈਲਟਾ 10000 ਸਕੁਅਰ ਕਿਲੋਮੀਟਰ ਏਰੀਆ ਦੇ ਵਿੱਚ ਫੈਲਿਆ ਹੋਇਆ ਠੀਕ ਹੈ ਜੀ ਤੇ ਉੱਥੇ ਇਹ ਇਹਦਾ ਪੋਰਟ ਬਣਿਆ ਇਸੇ ਡੈਲਟੇ ਤੋਂ ਥੋੜਾ ਜਿਹਾ ਪਹਿਲਾਂ ਬਣਿਆ ਤਾਂ ਪੜਦੇ ਹਾਂ ਥੋੜਾ ਜਿਹਾ ਦੇ ਬਾਰੇ ਇੰਡੀਆ ਐਂਡ ਬੰਗਲਾਦੇਸ਼ ਓਪਨਡ ਟ੍ਰੇਡ ਵਾਇਆ ਮਾਇਆ ਸੋ ਮੈਪ ਦੇ ਉੱਪਰ ਦੇਖ ਲੈਂਦੇ ਆ ਮਾਇਆ ਇੱਕ ਜਗ੍ਹਾ ਹੈ ਇੱਕ ਪੋਰਟ ਹੈ ਜਿਹੜੀ ਇੰਡੀਆ ਦੇ ਵਿੱਚ ਇੱਥੇ ਜੇ ਕਰਕੇ ਪੈਂਦੀ ਹੈ ਠੀਕ ਹੈ ਜੀ ਤੇ ਇੱਥੋਂ ਜਿਹੜਾ ਵਾਇਆ ਰਿਵਰ ਲੈਂਡ ਹੈ ਜਿਹੜਾ ਸੌਰੀ ਰਿਵਰ ਵੇ ਹੈ ਜਿਹੜਾ ਇਨਲੈਂਡ ਵਾਟਰ ਦੇ ਥਰੂ ਜਿਹੜਾ ਟ੍ਰੇਡ ਹੋਣਾ ਉਹ ਸ਼ਿਪ ਦੇ ਥਰੂ ਕਿੱਥੇ ਪਹੁੰਚਣਾ ਹੈ ਇੱਥੇ ਸੁਲਤਾਨਗੰਜ ਦੇ ਵਿੱਚ ਠੀਕ ਹੈ ਜੀ ਬੰਗਲਾਦੇਸ਼ ਦੇ ਵਿੱਚ ਇਹ ਗੰਗਾ ਰਿਵਰ ਦੇ ਥਰੂ ਜਿਹੜਾ ਸਟਾਰਟ ਹੋਇਆ ਹੈ ਠੀਕ ਹੈ ਜੀ ਤਾਂ ਆ ਜਿਹੜੀ ਤੁਸੀਂ ਲਾਈਨ ਦੇਖ ਰਹੇ ਹੋ ਇਹਦੇ ਬਾਰੇ ਪੜ੍ਹ ਲੈਂਦੇ ਆ ਇਹਨੂੰ ਕਹਿੰਦੇ ਆ ਰੈਡ ਕਲਿਫ ਲਾਈਨ ਪਾਰਟੀਸ਼ਨ ਦੇ ਟਾਈਮ ਇਹ ਰੈਡ ਕਲਿਫ ਲਾਈਨ ਦੇ ਨਾਮ ਨਾਲ ਜਾਣੀ ਜਾਂਦੀ ਹੈ 1947 ਦੇ ਵਿੱਚ ਕੀ ਹੋਇਆ ਸੀ ਜਦੋਂ ਡਿਵੀਜ਼ਨ ਹੋਈ ਸੀ ਇੰਡੀਆ ਪਾਕਿਸਤਾਨ ਦੀ ਤਾਂ ਜਿਹੜਾ ਇਹ ਜਗ੍ਹਾ ਹੈ ਇਹ ਜਿਹੜੀ ਵੈਸਟਰਨ ਪਾਕਿਸਤਾਨ ਬਣਾਇਆ ਗਿਆ ਸੀ ਤੇ ਜਿਹੜੀ ਆ ਜਗ੍ਹਾ ਬੰਗਲਾਦੇਸ਼ ਵਾਲਾ ਇਹਨੂੰ ਈਸਟ ਪਾਕਿਸਤਾਨ ਬਣਾਇਆ ਗਿਆ ਸੀ ਠੀਕ ਹੈ ਜੀ ਤਾਂ ਇਹ ਦੋਨੋਂ ਲਾਈਨਸ ਹੈ ਜਿਹੜੀਆਂ ਇਹਨੂੰ ਰੈਡ ਕਲਿਫ ਲਾਈਨਸ ਕਹਿੰਦੇ ਆ ਠੀਕ ਹੈ ਜੀ ਬਾਅਦ ਦੇ ਵਿੱਚ 1971 ਦੇ ਵਿੱਚ ਜਿਹੜਾ ਜਦੋਂ ਬੰਗਲਾਦੇਸ਼ ਦੀ ਫਾਰਮੇਸ਼ਨ ਹੋਈ ਹੈ ਵਿਦ ది ਹੈਲਪ ਆਫ ਇੰਡੀਆ ਇਥੋਂ ਪਾਕਿਸਤਾਨ ਦੇ ਕਬਜ਼ੇ ਤੋਂ ਇਹ ਬਣਵਾਇਆ ਗਿਆ ਸੀਗਾ ਬੰਗਲਾਦੇਸ਼ ਠੀਕ ਹੈ ਜੀ ਤਾਂ ਸਟਿਲ ਅਜੇ ਵੀ ਇਹਨੂੰ ਰੈਡ ਕਲਿਫ ਲਾਈਨ ਹੀ ਕਹਿੰਦੇ ਆ ਹੁਣੇ ਇੰਡੀਆ ਬੰਗਲਾਦੇਸ਼ ਦੇ ਵਿੱਚ ਤੇ ਇਧਰਲੇ ਪਾਸੇ ਇੰਡੀਆ ਪਾਕਿਸਤਾਨ ਦੇ ਵਿੱਚ ਇਹ ਇੰਟਰਨੈਸ਼ਨਲ ਬਾਰਡਰ ਪੈਂਦਾ ਹੈ ਠੀਕ ਹੈ ਜੀ ਪੜ ਲੈਂਦੇ ਆ ਥੋੜਾ ਜਿਹਾ ਦ ਬਾਰਡਰ ਬੀਟਵੀਨ ਬੰਗਲਾਦੇਸ਼ ਐਂਡ ਇੰਡੀਆ ਆਲ ਨੋਨ ਲੋਕਲੀ ਐਜ਼ ਦ ਰੈਡ ਕਲਿਫ ਲਾਈਨ ਇੰਟਰਨੈਸ਼ਨਲ ਬਾਰਡਰ ਠੀਕ ਹੈ ਜੀ ਇਟਸ ਦ 4096 ਕਿਲੋਮੀਟਰ ਲੌਂਗ ਬਾਰਡਰ ਮੇਕਿੰਗ ਇਜ਼ द फिफ्थ लॉन्गेस्ट लैंड बॉर्डर इन द वर्ल्ड क्वेश्चन थोड़े लिए की है वट इज द लॉन्गेस्ट बॉर्डर इंटरनेशनल बॉर्डर इन द वर्ल्ड सोचो थोड़ा फिर ये डिस्कस करते हैं थोड़ा जहा पढ़ लेंगे द बॉर्डर इनकलूड्स टू सिक्स टू किलोमीटर इन असम एट फिफ्टी सिक्स इन त्रिपुरा थ्री एटीन इन मिजोरम एंड फोर फोर्टी थ्री इन मेघालय ट्वेल्व हंड्रेड एंड सीन किलोमीटर इन वेस्ट बंगाल ਸਾਰਨ ਜਿਆਦਾ ਵੈਸਟ ਬੰਗਾਲ ਦੇ ਨਾਲ ਇਹਦੀ ਬਾਉਂਡਰੀ ਲੱਗਦੀ ਹੈ ਇੱਥੇ ਸਾਰਾ ਵੈਸਟ ਬੰਗਾਲ ਪੈ ਜਾਂਦਾ ਠੀਕ ਹੈ ਜੀ ਚਲੋ ਮੈਂ ਪੁੱਛਿਆ ਸੀ ਵਿਚ ਇਜ਼ ਦਾ ਲੌਂਗੇਸਟ ਇੰਟਰਨੈਸ਼ਨਲ ਬਾਰਡਰ ਤੇ ਜਿਹੜਾ ਲੌਂਗੇਸਟ ਇੰਟਰਨੈਸ਼ਨਲ ਬਾਰਡਰ ਹੈ ਉਹ ਕਿਹੜਾ ਹੈ ਦੈਟ ਇਜ਼ ਬੀਟਵੀਨ ਕੈਨੇਡਾ ਐਂਡ ਯੂ ਐਸ ਕੈਨੇਡਾ ਐਂਡ ਅਮਰੀਕਾ ਇਹ ਸਾਰਨਾਂ ਨੂੰ ਲੌਂਗੇਸਟ ਹੈ ਤਕਰੀਬਨ 9000 ਕਿਲੋਮੀਟਰ ਦਾ ਜਿਹੜਾ ਏਰੀਆ ਹੈ ਜਿਹੜਾ ਜਿਹੜਾ ਬਾਰਡਰ ਪੈਂਦਾ ਹੈ ਇਹ ਠੀਕ ਹੈ ਜੀ ਚਲੋ ਜੀ ਅੱਗੇ ਚੱਲੋ ਲੋ ਜੀ ਆਸਟ੍ਰੇਲੀਆ ਡੀਫੀਟਡ ਇੰਡੀਆ ਟੂ ਵਿਨ ਅੰਡਰ 19 ICC ਵਰਲਡ ਕਪ 1 ਡੇ ਟਾਈਟਲ ICC ਵਰਲਡ ਕਪ ਅੰਡਰ 19 ਉਹ ਕਿਨੇ ਜਿੱਤ ਲਿਆ ਜੀ ਆਸਟ੍ਰੇਲੀਆ ਨੇ ਜਿੱਤ ਲਿਆ ਕਿਹਨੂੰ ਹਰਾਇਆ ਇੰਡੀਆ ਨੂੰ ਚਲੋ ਪੜ੍ਹਦੇ ਹਾਂ ਥੋੜਾ ਜਿਹਾ ਜ਼ਿਆਦਾ ਬਾਰੇ ਆਸਟ੍ਰੇਲੀਆ ਹੈਜ਼ ਵਨ ਦਾ ਟਾਈਟਲ ਬਾਈ ਡੀਫੀਟਿੰਗ ਇੰਡੀਆ ਇਨ ਦਾ ਫਾਈਨਲ ਆਫ 15th ICC ਅੰਡਰ 19 ODI ਵਰਲਡ ਕਪ 2024 ਮੈਚ ਆਫ ਦਾ ਅੰਡਰ 19 ਵਰਲਡ ਕਪ ਵਾਸ ਪਲੇਡ ਔਨ 11ਥ ਆਫ ਫੈਬਰੂਰੀ 2024 ਐਟ ਵਿਲੋਮੂਰ ਪਾਰਕ ਬਿਨੋਨੀ ਸਾਊਥ ਅਫਰੀਕਾ ਸਾਊਥ ਅਫਰੀਕਾ ਦੇ ਵਿੱਚ ਖੇਡਿਆ ਜਾ ਰਿਹਾ ਸੀ ਜੀ ਇਹ ਠੀਕ ਹੈ ਜੀ ਜਿੱਥੇ ਕਿ ਆਸਟ੍ਰੇਲੀਆ ਨੇ ਇੰਡੀਆ ਨੂੰ 79 ਸਕੋਰਸ ਦੇ ਨਾਲ ਰਨਸ ਨਾਲ ਹਰਾਇਆ ਬਹੁਤ ਬੁਰੀ ਤਰ੍ਹਾਂ ਹਰਾਇਆ ਠੀਕ ਹੈ ਜੀ ਸੋ ਕੈਪਟਨ ਦੇਖ ਲੈਨੇ ਕੌਣ ਸੀ ਇੰਡੀਆ ਦੀ ਟਾਈਰ ਤਰਫ ਤੋਂ ਜਿਹੜਾ ਕੈਪਟਨ ਸੀ ਅੰਡਰ 19 ਟੀਮ ਦਾ ਉਹ ਸੀਗਾ ਉਹਦੇ ਸਾਰ ਹਨ ਉਦੇਸ਼ ਹਾਰਨ ਸੌਰੀ ਉਦੇਸ਼ ਹਾਰਨ ਠੀਕ ਹੈ ਜੀ ਤੇ ਜਿਹੜਾ ਆਸਟ੍ਰੇਲੀਅਨ ਟੀਮ ਦਾ ਕੈਪਟਨ ਹੈ ਉਹ ਹੈਗਾ ਹਿਊਜ਼ ਵੇਬਨ ਹਿਊਜ਼ ਵੇਬਨ ਜਿਹੜਾ ਉਹ ਕੌਣ ਹੈ ਆਸਟ੍ਰੇਲੀਆ ਦੀ ਟੀਮ ਦਾ ਕੈਪਟਨ ਸੀ ਠੀਕ ਹੈ ਜੀ ਅੱਗੇ ਚੱਲਦੇ ਹਾਂ ਜੀ ਲਓ ਜੀ ਨੇਵੀ ਚੀਫ ਇਨਾਗੋਰੇਟਸ ਨਿਊ ਡਿਫੈਂਸ ਸਿਸਟਮ ਪ੍ਰੀਸੀਜਨ ਅਪਰੋਚ ਰਡਾਰ ਇੱਕ ਨਵੀਂ ਡਿਵਾਈਸ ਡਵੈਲਪ ਕੀਤੀ ਹੈ ਇੱਕ ਨਵੀਂ ਜਿਹੜੀ ਟੈਕਨੋਲੋਜੀ ਡਵੈਲਪ ਕੀਤੀ ਹੈ ਜਿਹਨੂੰ ਕਹਿੰਦੇ ਆ ਪਾਰ ਪਾਰ ਮੀਨਸ ਪ੍ਰੀ ਸੀਜ਼ਨ ਅਪਰੋਚ ਰਡਾਰ ਇਹ ਜਿਹੜੇ ਆਪਣੇ ਨੇਵੀ ਚੀਫ ਹੈ ਉਹਨਾਂ ਨੇ ਜਿਹੜਾ ਇਹ ਡਿਪਲੋਏ ਕੀਤਾ ਪੜ੍ਹ ਲਿਨਿਆ ਥੋੜਾ ਜਿਹਾ ਦੇ ਬਾਰੇ ਨੇਵੀ ਚੀਫ ਐਡਮਾਇਰ ਆਰ ਹਰੀ ਕੁਮਾਰ ਆਰ ਹਰੀ ਕੁਮਾਰ ਆਪਣੇ ਕੋਲ ਹੈ ਨੇਵੀ ਚੀਫ ਸਿੱਧਾ ਸਿੱਧਾ ਕੁਐਸਚਨ ਵੀ ਕਈ ਵਾਰੀ ਆ ਜਾਂਦਾ ਪੇਪਰ ਦੇ ਵਿੱਚ ਠੀਕ ਹੈ ਜੀ ਪ੍ਰੀ ਸੀਜ਼ਨ ਅਪਰੋਚ ਰਡਾਰ ਇਨ ਅੰਡੇਮਾਨ ਐਂਡ ਨਿਕੋਬਾਰ ਆਈਲੈਂਡਸ ਦ ਨੇਵਲ ਚੀਫ ਡੈਗੂਰੇਟਸ ਦ ਪਾਵਰ ਐਟ ਆਈ ਐਨ ਐਸ ਉਤਕਰੋਸ਼ ਆਈ ਐਨ ਐਸ ਉਤਕਰੋਸ਼ ਲੋਕੇਟਿਡ ਇਨ ਦਾ ਸਦਰਨ ਅੰਡੇਮਾਨ ਆਈਲੈਂਡਸ ਪੜ ਲੈਨੇ ਇਹਦੇ ਬਾਰੇ ਕੀ ਹੈ ਇਹ ਪਾਰ ਕੀ ਚੀਜ਼ ਹੈ ਦ ਪ੍ਰੀਸੀਜ਼ਨ ਅਪਰੋਚ ਰਡਾਰ ਇਜ਼ ਮੈਨੂਫੈਕਚਰਡ ਬਾਈ ਚੇਨਈ ਕੰਪਨੀ ਚੇਨਈ ਬੇਸਡ ਕੰਪਨੀ ਉਹਨੇ ਇੱਕ ਡਿਵੈਲਪ ਕੀਤਾ ਹੈ ਠੀਕ ਹੈ ਇਟ ਵਿਲ ਬੀ ਹੈਲਪਫੁਲ ਇਨ ਸੇਫਟੀ ਲੈਂਡਿੰਗ ਸੇਫਲੀ ਲੈਂਡਿੰਗ ਦਾ 에어ਕ੍ਰਾਫਟ ਇਨ ਲੋ ਵਿਜ਼ਿਬਿਲਟੀ ਕੰਡੀਸ਼ਨਸ ਲਾਈਕ ਹੈਵੀ ਰੇਨ ਫੌਗ ਪਾਰ ਵਿਲ ਪ੍ਰੋਵਾਈਡ ਹਾਈਲੀ ਐਕੂਰੇਟ ਹੋਰੀਜ਼ੋਨਟਲ ਐਂਡ ਵਰਟੀਕਲ ਗਾਈਡੈਂਸ ਈਵਨ ਇਨ ਲੋ ਵਿਜ਼ਿਬਿਲਟੀ ਲੋ ਵਿਜ਼ਿਬਿਲਟੀ ਦੇ ਵਿੱਚ ਵੀ ਆ ਇਹ ਹਾਰੀਜ਼ੋਂਟਲ ਤੇ ਵਰਟੀਕਲ ਠੀਕ ਹੈ ਜੀ ਇਹ ਗਾਈਡੈਂਸ ਜਿਹੜਾ 에ਅਰਕ੍ਰਾਫਟ ਨੂੰ ਪ੍ਰੋਵਾਈਡ ਕਰਾਊਗਾ ਫਾਰ ਸੇਫਟੀ ਲੈਂਡਿੰਗ ਠੀਕ ਹੈ ਜੀ ਪੜਦੇ ਹਾਂ ਜੀ ਅੱਗੇ ਲਓ ਜੀ ਯੂਪੀਆਈ ਸਰਵਿਸਿਜ਼ ਸਟਾਰਟਡ ਇਨ ਸ੍ਰੀਲੰਕਾ ਐਂਡ ਮੋਰੀਸ਼ੀਅਸ ਯੂਪੀਆਈ ਸਰਵਿਸ ਸਟਾਰਟ ਹੋ ਗਈਆਂ ਇਹ ਐਨਪੀਸੀਆਈ ਦੀ ਸਰਵਿਸ ਹੈ ਜੀ ਯੂਪੀਆਈ ਬਹੁਤ ਵਧੀਆ ਸਰਵਿਸ ਹੈ ਪੇਮੈਂਟ ਦੀ ਕਿ ਯੂਨੀਵਰਸਲ ਸਰਵਿਸ ਹੈ ਯੂਨੀਵਰਸਲ ਪੇਮੈਂਟ ਇੰਟਰਫੇਸ ਠੀਕ ਹੈ ਜੀ ਇਹ শ্রীলੰਕਾ ਤੇ ਮੋਰੀਸ਼ੀਅਸ ਦੋਨਾਂ ਕੰਟਰੀਜ਼ ਦੇ ਵਿੱਚ ਸਟਾਰਟ ਕਰਤੀ ਹੈ ਠੀਕ ਹੈ ਜੀ ਪੜ੍ਹਦੇ ਆਂ ਦੇ ਬਾਰੇ ਡਿਟੇਲਸ ਇੰਡੀਆਜ਼ ਯੂਨੀਫਾਈਡ ਪੇਮੈਂਟ ਇੰਟਰਫੇਸ ਮੈਂ ਯੂਨੀਵਰਸਲ ਕਹਤਾ ਐਕਚੁਅਲੀ ਯੂਨੀਫਾਈਡ ਪੇਮੈਂਟ ਇੰਟਰਫੇਸ ਹੈ ਬਹੁਤ ਵਾਰੀ ਇਹਦੀ ਅ ਫੁੱਲ ਫਾਰਮ ਵੀ ਆ ਜਾਂਦੀ ਹੈ ਤਾਂ ਯੂਨੀ ਯੂਨੀਫਾਈਡ ਪੇਮੈਂਟ ਇੰਟਰਫੇਸ ਸਰਵਿਸਿਜ਼ ਸਟਾਰਟਡ ਇਨ ਸ੍ਰੀਲੰਕਾ ਐਂਡ ਮੋਰੀਸ਼ੀਅਸ ਐਟ ਵਰਚੁਅਲ ਸੈਰੇਮਨੀ ਵਰਚੁਅਲ ਸੈਰੇਮਨੀ ਕਿਹਨੇ ਵਿਟਨੈਸ ਕੀਤੀ ਹੈ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਠੀਕ ਹੈ ਜੀ ਐਂਡ ਦਾ ਟਾਪ ਵਿਦ ਦਾ ਟਾਪ ਲੀਡਰਸ਼ਿਪ ਆਫ ਦਾ ਟੂ ਆਇਲੈਂਡ ਨੇਸ਼ਨਸ ਆਲਰੇਡੀ ਕਈ ਕੰਟਰੀਜ਼ ਦੇ ਵਿੱਚ ਜਿਹੜੀ ਯੂਪੀਆ ਸਰਵਿਸਿਜ਼ ਚੱਲ ਰਹੀਆਂ ਉਹ ਕਿਹੜੇ-ਕਿਹੜੀਆਂ ਐ ਸਿੰਗਾਪੁਰ ਚ ਹੈਗੀ ਆਲਰੇਡੀ ਫਰਾਂਸ ਚ ਹੈਗੀ ਐ ਮਲੇਸ਼ੀਆ ਯੂਈ ਨੇਪਾਲ ਐਂਡ ਯੂਕੇ ਇਨ੍ਹਾਂ ਕੰਟਰੀਜ਼ ਦੇ ਵਿੱਚ ਆਲਰੇਡੀ ਯੂਪੀਆਈ ਸਰਵਿਸਿਜ਼ ਚੱਲ ਰਹੀਆਂ ਤੇ ਹੁਣ ਜਿਹੜੇ ਉਹਦੇ ਚ ਦੋ ਨਵੇਂ ਐਡ ਹੋ ਗਏ ਕਿਹੜੇ-ਕਿਹੜੇ ਐ ਸ਼੍ਰੀਲੰਕਾ ਐਂਡ ਮੋਰੀਸ਼ੀਅਸ ਸਿੱਧਾ-ਸਿੱਧਾ ਕੁਐਸਚਨ ਆ ਸਕਦਾ ਕਿ UPI ਸਰਵਿਸਿਜ਼ ਕਿਹੜੇ ਦੋ ਕੰਟਰੀ ਸਟਾਰਟ ਹੋਈ ਹੈ ਤਾਂ ਉਹ ਹੈਗਾ Sri Lanka and Mauritius next Swati Port launched to promote women in the field of science ਹੁਣੇ-ਹੁਣੇ ਆਪਾਂ ਇੰਟਰਨੈਸ਼ਨਲ ਅ ਗਰਲ ਐਂਡ ਔਮਨ ਇਨ ਸਾਇੰਸ ਜਿਹੜਾ ਸੈਲੀਬ੍ਰੇਟ ਕੀਤਾ ਉਹ ਕਦੋਂ ਕੀਤਾ 11th of Feb ਨੂੰ ਇੰਟਰਨੈਸ਼ਨਲ ਅ ਔਮਨ ਐਂਡ ਗਰਲਸ ਇਨ ਸਾਇੰਸ ਠੀਕ ਹੈ ਜੀ ਸਾਇੰਸ ਦੇ ਵਿੱਚ ਜਿਹੜੀ ਉਹਨੂੰ ਬੜਾਵਾ ਦੇਣ ਵਾਸਤੇ ਠੀਕ ਹੈ ਜੀ ਸਾਇੰਸ ਦੇ ਵਿੱਚ ਔਰ ਵੂਮਨ ਨੂੰ ਗਰਲਸ ਨੂੰ ਔਰ ਉਹਨਾਂ ਨੂੰ ਪਾਰਟਿਸਪੇਸ਼ਨ ਵਧਾਉਣ ਵਾਸਤੇ ਜਿਹੜਾ ਇਹ ਮਨਾਇਆ ਗਿਆ ਤਾਂ ਉਹਦੇ ਲਈ ਇੱਕ ਉਸਤੇਨੀ ਸਵਾਤੀ ਪੋਰਟਲ ਵੀ ਲਾਂਚ ਕੀਤਾ ਗਿਆ ਪੜ੍ਹਦੇ ਹਾਂ ਜਿਹਦੇ ਬਾਰੇ ਸਵਾਤੀ ਟੂ ਇਨਕਰੇਜ ਵੂਮਨ ਇਨ ਦਾ ਫੀਲਡ ਆਫ ਸਾਇੰਸ ਪ੍ਰੋਫੈਸਰ ਅਜੇ ਕੁਮਾਰ ਸੂਦ ਕੌਣ ਹੈ ਪ੍ਰਿੰਸੀਪਲ ਸਾਇੰਟੀਫਿਕ ਐਡਵਾਈਜ਼ਰ ਟੂ ਦਾ ਸੈਂਟਰਲ ਗਵਰਨਮੈਂਟ launched swati portal at the indian national science academy on 11th of february 2024 swati portal di jehdi full form ki hai swati means science for women or technology and innovation science for women or technology and innovation sidha sidha yaad ki rakhna apan ki swati portal kide uh, objective de li launch kita gaya objective ki oda objective ki hai to promote women in the field of science theek hai ji ਤੇ ਉਹਦੀ ਫੁੱਲ ਫਾਰਮ ਸਾਇੰਸ ਫਾਰ ਔਮਨ ਆਰ ਟੈਕਨੋਲੋਜੀ ਐਂਡ ਇਨੋਵੇਸ਼ਨ ਚਲੋ ਜੀ ਅੱਗੇ World Unani Day 2024 ਕਦੋਂ ਬਣਾਇਆ ਜਾਂਦਾ ਹੈ 11th of Feb Unani Day Unani ਇੱਕ ਆਯੁਰਵੈਦ ਨਾਲ ਜੜੀ ਰਿਲੇਟਡ ਜੜੀ टर्म ਹੈ ਪੜਦੇ ਆਂਦੇ ਬਾਰੇ ਕੀ ਹੁੰਦੀ ਹੈ World Unani Day is celebrated annually on February 11 marking the birth anniversary of hakim ajmal khan a renowned yunani practitioner and visionary who made significant contributions to the field of yunani medicine eh hakim ajmal khan de jehde birth anniversary de upar jehda enu celebrate kita janda world yunani day nu theek hai ji yunani bare pad lene ki hai yunani system of medicine is one of the oldest healthcare systems in the world which originated in Greece actually Greece ਦੇ ਵਿੱਚ ਇਹ originate ਹੋਇਆ ਸੀ si and was further developed in the Middle East and South Asia یونانی میڈیسن از بیسڈ অন द प्रिंसिपल्स ऑफ फोर ਹਿਊਮਰਸ ਐਕਚੁਅਲੀ ਫੋਰ ਹਿਊਮਰਸ ਦੇ ਉੱਪਰ ਜਿਹੜੀ ਜਿਹੜੇ ਪ੍ਰਿੰਸੀਪल्स ਬੇਸਡ ਹੈ ਕਿਹੜੇ-ਕਿਹੜੇ ਉਹ ਬਲੱਡ ਫਲੇਗਮ येलो ਬਾਈਲ ਐਂਡ ਬਲੈਕ ਬਾਈਲ ਐਕਚੁਅਲੀ ਆਪਣੀ ਬਾਡੀ ਦੇ ਵਿੱਚ ਨਾ ਕਾਫੀ ਤਰ੍ਹਾਂ ਦੇ ਬਾਈਲ ਜੂਸਸ ਹੁੰਦੇ ਆ ਠੀਕ ਹੈ ਜੀ ਲਿਕੁਇਡਸ ਹੁੰਦੇ ਆ ਠੀਕ ਹੈ ਜੀ ਤਾਂ ਯੂਨਾਨੀ ਕੀ ਕਹਿੰਦਾ ਹੈ ਕਿ ਆਪਾਂ ਕੀ ਕਰਨਾ ਹੈ ਇਹ ਜਿਹੜੇ ਲਿਕੁਇਡਸ ਨੂੰ ਬੈਲੈਂਸ ਕਰਨਾ ਆਪਾਂ ਇਟ ਐਮਫਸਾਈਜ਼ਸ ਦਾ ਬੈਲੈਂਸ ਬੀਟਵੀਨ ਥੀਸ ਐਲੀਮੈਂਟਸ ਵਿਦ ਇਨ ਦਾ ਬਾਡੀ ਟੂ ਮੇਨਟੇਨ ਹੈਲਥ ਐਂਡ ਟ੍ਰੀਟ ਡਿਸੀਜ਼ਸ ਜੇ ਆਪਾਂ ਆਪਣੇ ਜਿਹੜੇ ਬਾਇਲ ਜੂਸਸ ਜਿੰਨੇ ਵੀ ਆਪਣੀ ਬਾਡੀ ਦੇ ਵਿੱਚ ਠੀਕ ਹੈ ਜੀ ਉਹਨਾਂ ਨੂੰ ਆਪਾਂ ਬੈਲੈਂਸ ਕਰ ਲੈਂਦੇ ਆ ਤਾਂ ਉਹਦੇ ਨਾਲ ਕੀ ਹੋ ਜਾਂਦੀ ਹੈ ਆਟੋਮੈਟਿਕਲੀ ਜਿਹੜੀ ਆਪਣੀ ਹੈਲਥ ਮੇਨਟੇਨ ਹੋ ਜੂਗੀ ਤੇ ਵਿਲ ਬੀ ਏਬਲ ਟੂ ਟ੍ਰੀਟ ਡਿਸੀਜ਼ਸ ਰਾਈਟ ਚਲੋ ਜੀ ਅੱਗੇ ਲਓ ਜੀ ਇੱਕ ਹੋਰ ਡੇ ਆ ਗਿਆ ਵਰਲਡ ਰੇਡੀਓ ਡੇ 2024 ਕਦੋਂ ਮਨਾਇਆ ਜਾਂਦਾ ਹੈ 13th ਆਫ ਫੈਬ 13 ਫਰਵਰੀ ਨੂੰ ਵਰਲਡ ਰੇਡੀਓ ਡੇ ਸੈਲੀਬ੍ਰੇਟ ਕੀਤਾ ਜਾਂਦਾ ਜੀ ਪੜ ਲੈਨੇ ਆ ਐਵਰੀ ਈਅਰ ਔਨ ਫੈਬਰੂਰੀ 13th ਦ ਵਰਲਡ ਯੂਨਾਈਟਸ ਟੂ ਸੈਲੀਬ੍ਰੇਟ ਵਰਲਡ ਰੇਡੀਓ ਡੇ ਅ ਡੇ ਥੈਟ ਮਾਰਕਸ ਦ ਇੰਡਿਊਰਿੰਗ ਸਿਗਨੀਫੀਕੈਂਸ ਆਫ ਰੇਡੀਓ ਐਜ਼ ਅ ਮੀਡੀਅਮ ਆਫ ਕਮਿਊਨੀਕੇਸ਼ਨ ਥੀਮ ਪੜ ਲੈਂਦੇ ਆ ਬਸ ਦੋ ਚੀਜ਼ਾਂ ਯਾਦ ਰੱਖਣੀਆਂ ਇਹਦੇ ਚ ਵਰਲਡ ਰੇਡੀਓ ਡੇ ਕਦੋਂ ਮਨਾਇਆ ਜਾਂਦਾ ਹੈ 13th ਆਫ ਫੈਬਰੂਰੀ ਨੂੰ ਤੇ ਥੀਮ ਇਹਦਾ ਥੀਮ ਕੀ ਹੈ ਰੇਡੀਓ ਆ ਸੈਂਚਰੀ ਇਨ ਫਾਰਮਿੰਗ ਐਂਟਰਟੇਨਿੰਗ ਐਂਡ ਐਜੂਕੇਟਿੰਗ ਰੇਡੀਓ ਆ ਸੈਂਚਰੀ ਇਨ ਫਾਰਮਿੰਗ ਐਂਟਰਟੇਨਿੰਗ ਐਂਡ ਐਜੂਕੇਟਿੰਗ ਠੀਕ ਹੈ ਜੀ ਨੈਕਸਟ ਸੰਗੀਤ ਨਾਟਕ ਅਕੈਡਮੀ ਟੂ ਸਟੈਬਲਿਸ਼ ਕਲਚਰਲ ਸੈਂਟਰ ਇਨ ਹਾਈਦਰਾਬਾਦ ਪੜਦੇ ਆ ਜੀ ਮਿਨਿਸਟਰੀ ਆਫ ਕਲਚਰ ਟੂ ਟੂ ਸਟੈਬਲਿਸ਼ ਸੰਗੀਤ ਨਾਟਕ ਅਕੈਡਮੀ ਇਨ ਹਾਈਦਰਾਬਾਦ ਮਿਨਿਸਟਰੀ ਆਫ ਕਲਚਰ ਨੇ ਐਕਚੁਅਲੀ ਕੀ ਕਰਨਾ ਹੈ ਇੱਕ ਸੰਗੀਤ ਨਾਟਕ ਅਕੈਡਮੀ ਸਟੈਬਲਿਸ਼ ਕਰਨੀ ਹੈ ਕਿੱਥੇ ਹਾਈਦਰਾਬਾਦ ਦੇ ਵਿੱਚ ਤੇਲੰਗਾਨਾ ਦੀ ਕੈਪੀਟਲ ਹੈ ਠੀਕ ਹੈ ਜੀ ਪੜਦੇ ਆ ਮਿਨਿਸਟਰੀ ਆਫ ਕਲਚਰ ਹੁਣ ਕਿਸੇ ਮਿਨਿਸਟਰੀ ਦਾ ਨਾਮ ਆਉਂਦਾ ਤਾਂ ਆਬਵੀਅਸਲੀ ਫਿਰ ਆਪਾਂ ਨੂੰ ਕੀ ਕਰਨਾ ਹੁੰਦਾ ਆਪਾਂ ਉਹ ਮਿਨਿਸਟਰ ਦਾ ਨਾਮ ਸਰਚ ਕਰਨਾ ਹੁੰਦਾ ਹੈ ਕੌਣ ਹੈ ਨਾਮ ਜੀ ਕਿਸ਼ਨ ਰੈਡੀ ਕੌਣ ਹੈ ਇਹ ਯੂਨੀਅਨ ਮਿਨਿਸਟਰ ਆਫ ਕਲਚਰ ਠੀਕ ਹੈ ਜੀ ਇਸ ਇਨੀਸ਼ੀਏਟਿੰਗ ਅ ਮੇਜਰ ਪ੍ਰੋਜੈਕਟ ਟੂ ਸੈਟ ਅਪ ਅ ਰੀਜਨਲ ਸੈਂਟਰ ਆਫ ਸੰਗੀਤ ਨਾਟਕ ਅਕੈਡਮੀ ਇਨ ਹైదరాబాద్ ਨੋਨ ਐਸ ਕੀ ਨਾਮ ਕੀ ਹੈ ਅਕੈਡਮੀ ਦਾ ਦਕਸ਼ਨ ਭਾਰਤ ਸੰਸਕ੍ਰਿਤਿਕ ਕੇਂਦਰ ਦਕਸ਼ਨ ਭਾਰਤ ਸੰਸਕ੍ਰਿਤਿਕ ਕੇਂਦਰ ਇਹ ਕੀ ਹੈ ਇਹ ਥਿਸ ਇਜ਼ ਦਾ ਨੇਮ ਆਫ ਥਿਸ ਅਕੈਡਮੀ ਸੰਗੀਤ ਦੇ ਨਾਲ ਜਿਹੜੇ ਰਿਲੇਟਡ ਹੈ ਇਹ ਠੀਕ ਹੈ ਜੀ 뮤직 ਦੇ ਨਾਲ ਰਿਲੇਟਡ ਹੈ ਠੀਕ ਹੈ ਜੀ former vice president of india m venkaiah naidu will grace the inauguration and foundation stone laying ceremony for the esteemed bhart kala mandapam auditorium bhart kala manditam uh, uh, sorry bhart kala mandapam e bahut important hai theek hai ji e auditorium de vich g20 da summit vi hoya si theek hai ji dedicated to the legendary uh, ghanta sala venkatesh sa rao ਇਹ ਕੋਈ ਥੀਟਿਕ ਕੰਪੋਜ਼ਰ ਹੋਏ ਆ ਠੀਕ ਹੈ ਸਿੰਗਰ ਹੋਏ ਆ ਜਿਨ੍ਹਾਂ ਦੇ ਨਾਮ ਤੇ ਜਿਨ੍ਹਾਂ ਦੇ ਨਾਮ ਨੂੰ ਡੈਡੀਕੇਟ ਕੀਤੀ ਗਈ ਹੈ ਇਹ ਸੰਗੀਤ ਨਾਟਕ ਅਕੈਡਮੀ ਠੀਕ ਹੈ ਜੀ ਨੈਕਸਟ ਕੁਝ ਵਨ ਲਾਈਨਰਸ ਦੇਖ ਲੈਣੇ ਆ ਫਾਰਮਰਸ ਪੀਐਮ ਅਲੈਗਜ਼ੈਂਡਰ ਸਟੱਬ ਵਿਨਸ ਫਿਨਲੈਂਡ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਫਿਨਲੈਂਡ ਦੇ ਨਵੇਂ ਪ੍ਰੈਜ਼ੀਡੈਂਟ ਬਣਿਆ ਕੌਣ ਬਣਿਆ ਹੈ ਅਲੈਗਜ਼ੈਂਡਰ ਸਟੱਬ ਸਿਰਫ ਇਹਨਾਂ ਯਾਦ ਰੱਖਣਾ ਠੀਕ ਹੈ ਜੀ ਫਿਨਲੈਂਡ ਦੀ ਕੈਪੀਟਲ ਕੀ ਹੋ ਜਾਂਦੀ ਹੈ ਫਿਨਲੈਂਡ ਦੀ ਕੈਪੀਟਲ ਕੀ ਹੋਗੀ ਹੈ ਤੁਸੀਂ ਕਮੈਂਟ ਕਰਕੇ ਦੱਸਿਓ ਜੀ ਬਾਅਦ ਵਿੱਚ ਐਂਡ ਤੇ ਆਪਾਂ ਡਿਸਕਸ ਕਰਦੇ ਹਾਂ ਲਓ ਜੀ ਅੱਗੇ ਪੇਟੀਅਮ ਈ-ਕਾਮਰਸ ਰੀ-ਬ੍ਰਾਂਡਸ ਐਜ਼ ਪਾਈ ਪਲੇਟਫਾਰਮ ਪੇਟੀਅਮ ਈ-ਕਾਮਰਸ ਕੰਪਨੀ ਹੈ ਜਿਹੜੀ ਹੁਣ ਇਹਨੂੰ ਕਾਹਦੀ ਦੇ ਰੀਨੇਮ ਕੀਤਾ ਗਿਆ ਪਾਈ ਪਲੇਟਫਾਰਮ ਪਾਈ ਪਲੇਟਫਾਰਮ ਬਣਾ ਦਿੱਤਾ ਗਿਆ ਉਹਨਾਂ ਨੂੰ ਹੁਣ ਜਲਦੀ ਤੁਹਾਨੂੰ ਪੇਟੀਅਮ ਦੀ ਜਗ੍ਹਾ ਤੇ ਪਾਈ ਪਲੇਟਫਾਰਮਸ ਦੇਖ ਦੇਖਣੋਂ ਮਿਲੂਗਾ ਠੀਕ ਹੈ ਜੀ ਤੇ ਇੱਕ ਹੋਰ ਇਹਨਾਂ ਨੇ ਕੰਪਨੀ ਜਿਹੜੀ ਐਕਵਾਇਰ ਕੀਤੀ ਹੈ ਬਿਟਸਲਾ ਬਿਟਸਲਾ ਕੰਪਨੀ ਐਕਵਾਇਰ ਕਰ ਲਈ ਇਹਨਾਂ ਨੇ ਪਾਈ ਪੇਟੀਐਮ ਦਾ ਜਿਹੜਾ ਹੁਣੇ ਕਾਫੀ ਵਿਵਾਦ ਹੋਇਆ ਸੀਗਾ ਆਰਬੀਆਈ ਨੇ ਜਿੰਨੇ ਵੀ ट्रांजੈਕਸ਼ਨ ਰਾਈਟਸ ਹੈ ਉਹ ਡਿਸਕਸ ਜਿਹੜੇ ਸੌਰੀ ਉਹਨੇ ਤਾਂ ਖੋਲੇ ਸੀ ਠੀਕ ਹੈ ਜੀ ਮਤਲਬ 28th ਫੈਬ ਤੋਂ ਬਾਅਦ ਜਿਹੜਾ ਪੇਟੀਐਮ ਬੈਂਕ ਹੈ ਉਹ ਆਪ ਨੂੰ ਉਹ ਓਪਰੇਟ ਨਹੀਂ ਕਰ ਸਕੂਗਾ ਇਹ ਉਹਨਾਂ ਨੇ ਕਹਿਤਾ ਸੀ ਤਾਂ ਹੁਣ ਉਹਨਾਂ ਨੇ ਉਹ ਪੇਟੀਐਮ ਨੂੰ ਕੀ ਕਰਤਾ ਰੀਬ੍ਰਾਂਡ ਕਰਤਾ ਕੀ ਨਾਮ ਰੱਖਤਾ ਪਾਈ ਪਲੇਟਫਾਰਮ ਠੀਕ ਹੈ ਤੇ ਕੰਪਨੀ ਜਿਹੜੀ ਬਿੱਗ ਸਲਾ ਸਗੀ ਉਹ ਐਕਵਾਇਰ ਕਰ ਲਈ ਠੀਕ ਹੈ ਜੀ ਅੱਗੇ ਜੀ ਵੈਟਰਨ ਆਰਟਿਸਟ ਏ ਰਾਮਚੰਦਰਨ ਪਾਸ ਅਵੇ ਇਨ ਦਿੱਲੀ ਇਹ ਆਰਟਿਸਟ ਸੀਗੇ ਆ ਰਾਮਚੰਦਰਨ ਇਹਨਾਂ ਦੀ ਡੈਥ ਹੋਈ ਹੈ ਆਬਜੂਰੀ ਦੇ ਵਿੱਚ ਵੀ ਕੁਐਸਚਨਸ ਬਹੁਤ ਵਾਰੀ ਆ ਜਾਂਦੇ ਆ ਠੀਕ ਹੈ ਜੀ ਅੱਗੇ ਚੱਲਦੇ ਆਂ Prama India and Cdec Forge partnership for thermal camera technology thermal camera technology ਜੇ ਕੋਈ ਕੈਮਰਾ ਕੈਮਰੇ ਦੇ ਵਿੱਚ ਜਦੋਂ ਆਪਾਂ ਅ ਹੀਟ ਸੈਂਸ ਕਰਦਾ ਨਾ ਥਾ ਜਿਹੜਾ ਕੈਮਰਾ ਉਹਨੂੰ ਕਹਿੰਦੇ ਥਰਮਲ ਕੈਮਰਾ ਠੀਕ ਹੈ ਜੀ ਜਿਵੇਂ ਹਿਊਮਨ ਬਾਡੀ ਦੀ ਹੀਟ ਸੈਂਸ ਕਰਦਾ ਜਾਂ ਕੋਈ ਵੀ ਲਿਵਿੰਗ ਥਿੰਗ ਹੈ ਉਹਦੀ ਹੀਟ ਸੈਂਸ ਕਰਦਾ ਕੈਮਰਾ ਤਾਂ ਉਹ ਥਰਮਲ ਕੈਮਰਾ ਹੁੰਦਾ ਥਰਮਲ ਕੈਮਰਾ ਟੈਕਨੋਲੋਜੀ ਦੇ ਵਿੱਚ ਅੱਗੇ ਹੋਰ ਇਨੋਵੇਸ਼ਨ ਲਿਆਉਣ ਵਾਸਤੇ ਪਰਾਮਾ ਇੰਡੀਆ ਤੇ ਸੀ ਡੈਕ ਫੋਰਜ ਨੇ ਕੀ ਕੀਤਾ ਪਾਰਨਰਸ਼ਿਪ ਕੀਤੀ ਹੈ ਠੀਕ ਹੈ ਜੀ ਲਾਸਟ ਕਰੰਟ ਅਫੇਅਰ ਪੜ ਲਨੇ ਆ ਕੇ ਪੀਪੀ ਨਾਮਬੀਆਰ ਅਵਾਰਡ ਫਾਰ ਇਸਰੋ ਚੇਅਰਮੈਨ ਐਸ ਸੋਮਨਾਥ ਇਸਰੋ ਨੂੰ ਇਸਰੋ ਦੇ ਚੇਅਰਮੈਨ ਐਸ ਸੋਮਨਾਥ ਨੂੰ ਮਿਲਿਆ ਕਿਹੜਾ ਅਵਾਰਡ ਮਿਲਿਆ ਕੇਪੀਪੀ ਨਾਮਬੀਆਰ ਅਵਾਰਡ ਮਿਲਿਆ ਜੀ ਠੀਕ ਹੈ ਜੀ ਸੋ ਇਹ ਸੀਗੇ ਸਾਰੇ ਅੱਜ ਦੇ ਕਰੰਟ ਅਫੇਅਰਸ ਤੇ ਕੱਲ ਦੇ ਯਾਨੀ ਕਿ 11 ਅਪ ਟੂ ਫੈਬ ਦੇ ਜਿਹੜੇ ਕਰੰਟ ਅਫੇਅਰਸ ਦੀ ਰਿਵੀਜ਼ਨ ਕਰ ਲੈਂਦੇ ਆ ਐਮਸੀਕਿਊਜ਼ ਦੀ ਫਾਰਮ ਦੇ ਵਿੱਚ ਜੁੜੇ ਰਿਓ ਨਾਲ ਪਹਿਲਾ ਕਰੰਟ ਅਫੇਅਰ ਦੇਖਦੇ ਆ ਗਵਰਨਮੈਂਟ ਆਫ ਇੰਡੀਆ ਐਂਡ ਏਡੀਬ ਸਾਈਨ ਟੂ 100 ਮਿਲੀਅਨ ਲੋਨ ਫਾਰ ਅ ਡੈਸ਼ ਰਿਵਰ ਮੈਨੇਜਮੈਂਟ ਕਿਹੜੀ ਰਿਵਰ ਦੇ ਮੈਨੇਜਮੈਂਟ ਵਾਸਤੇ ਗਵਰਨਮੈਂਟ ਆਫ ਇੰਡੀਆ ਤੇ ਏਡੀਬ ਨੇ ਪੈਕਟ ਸਾਈਨ ਕੀਤਾ 200 ਮਿਲੀਅਨ ਡਾਲਰ ਦਾ ਕਿਹੜੀ ਬ੍ਰਹਮਪutra ਠੀਕ ਹੈ ਜੀ ਬ੍ਰਹਮਪutra ਰਿਵਰ ਜਿਹੜੀ ਕਿ ਓਰੀਜਿਨੇਟ ਹੁੰਦੀ ਹੈ ਤਿੱਬਤ ਦੇ ਵਿੱਚ ਚਾਈਨਾ ਦੇ ਵਿੱਚ ਠੀਕ ਹੈ ਜੀ ਅਰਨਾਚਲ ਤੇ ਐਂਟਰ ਕਰਦੀ ਹੈ ਫਿਰ ਅਸਮ ਦੇ ਵਿੱਚ ਐਂਟਰ ਕਰਦੀ ਹੈ ਫਿਰ ਅੱਗੇ ਜਾ ਕੇ ਬੰਗਲਾਦੇਸ਼ ਦੇ ਵਿੱਚੋਂ ਵੀ ਹੋ ਕੇ ਅੰਕੇ ਇਹ ਬੇ ਆਫ ਬੰਗਾਲ ਤੇ ਡਿੱਗ ਜਾਂਦੀ ਹੈ ਠੀਕ ਹੈ ਜੀ ਤੇ ਆਪਾਂ ਇਹਦੇ ਨੇਮ ਪੜੇ ਸੀਗੇ ਤੇ ਬੱਦੇ ਬੱਚੇ ਨੂੰ ਕਹਿੰਦੇ ਆ ਸੈਂਗਪੋ ਸੈਂਗਪੋ ਠੀਕ ਹੈ ਜੀ ਅਰਨਾਚਲ ਦੇ ਵਿੱਚ ਐਂਟਰ ਕਰਦੀ ਹੈ ਤੇ ਇਹਨੂੰ ਕਹਿੰਦੇ ਨੇ ਦਹਾਂਗ ਜਾਂ ਦਿਬਾਂਗ ਜਾਂ ਸਿਆੰਗ ਠੀਕ ਹੈ ਜੀ ਅਸਾਮ ਦੇ ਵਿੱਚ ਇਹਨੂੰ ਬ੍ਰਹਮਪੁੱਤਰ ਆ ਕਹਿੰਦੇ ਆ ਤੇ ਬੰਗਲਾਦੇਸ਼ ਦੇ ਵਿੱਚ ਇਹਨੂੰ ਕਹਿੰਦੇ ਆ ਜਮੁਨਾ ਪੜਿਆ ਸੀ ਆਪਾਂ ਜਮੁਨਾ ਠੀਕ ਹੈ ਜੀ ਔਰ ਇਹ ਦੂਜੀ ਆਪਸ਼ਨ ਦੇਖ ਲੈਂਦੇ ਆ ਕੋਸੀ ਕੋਸੀ ਰਿਵਰ ਹੈ ਜਿਹੜੀ ਇਹ तकरीबन ਜਿਹੜੀ ਇੰਡੀਆ ਦੇ ਸੌਰੀ ਚਾਈਨਾ ਦੇ ਵਿੱਚ ਓਰੀਜਿਨੇਟ ਹੁੰਦੀ ਹੈ ਠੀਕ ਹੈ ਜੀ ਚਾਈਨਾ ਤੋਂ ਅੱਗੇ ਫਿਰ 네ਪਾਲ 네ਪਾਲ ਤੋਂ ਅੱਗੇ ਬਿਹਾਰ ਦੇ ਵਿੱਚ ਐਂਟਰ ਹੁੰਦੀ ਹੈ ਜੀ ਠੀਕ ਹੈ ਤੇ ਇਹਦੇ ਚ ਇਹਦੇ ਨਾਲ ਇੱਕ ਟਾਈਟਲ ਜੁੜਿਆ ਹੋਇਆ ਤੇ ਕੋਸੀ ਰਿਵਰ ਇਜ਼ ਕਾਲਡ ਐਸ ਸੌਰੋ ਆਫ ਬਿਹਾਰ ਬਿਹਾਰ ਦੀ ਸੌਰੋ ਕਹਿੰਦੇ ਆ ਨੂੰ ਸੌਰੋ ਆਫ ਬਿਹਾਰ ਕਿਹਨੂੰ ਕਹਿੰਦੇ ਆ ਕੋਸੀ ਰਿਵਰ ਨੂੰ ਕਹਿੰਦੇ ਬਹੁਤ ਵਾਰੀ ਕੁਐਸਚਨ ਆਇਆ ਹੋਇਆ ਕਿ ਵਿੱਚ ਰਿਵਰ ਇਜ਼ ਕਾਲਡ ਐਸ ਸੌਰੋ ਆਫ ਬਿਹਾਰ ਥੈਟ ਇਜ਼ ਕੋਸੀ ਠੀਕ ਹੈ ਜੀ ਰਾਵੀ ਰਾਵੀ ਦਾ ਓਰੀਜਿਨੇਸ਼ਨ ਕਿੱਥੋਂ ਹੈ ਦੇਖੇ ਹੀ ਆਪਾਂ ਕਾਂਗੜਾ ਹिल्स ਦੇ ਵਿੱਚ ਹੈ ਸ਼ਿਮਲਾ ਦੇ ਵਿੱਚ ਠੀਕ ਹੈ ਜੀ ਸ਼ਿਮਲਾ ਦੇ ਨੇੜੇ ਕਾਂਗੜਾ ਠੀਕ ਹੈ ਉੱਥੋਂ ਇਹਦਾ ਓਰੀਜਿਨ ਹੈ ਤੇ ਪੰਜਾਬ ਦੇ ਵਿੱਚੋਂ ਹੀ ਹੋ ਕੇ ਅੱਗੇ ਇਹ ਪਾਕਿਸਤਾਨ ਚ ਲੰਘ ਜਾਂਦੀ ਹੈ ਠੀਕ ਹੈ ਜੀ ਗੰਗਾ ਗੰਗਾ ਦਾਪਨ ਪਤਾਈ ਹੈ ਗੰਗੋਤਰੀ ਤੋਂ ਨਿਕਲਦੀ ਹੈ ਤੇ ਥਰੂ ਅੱਗੇ वाया ਉੱਤਰਾਖੰਡ ਜਿੰਦਮ ਯੂਪੀ ਤੇ ਅੱਗੇ ਜਾ ਕੇ ਇਹ ਇਹ ਹੀ ਅੱਗੇ ਆ ਕੇ ਬੇ ਆਫ ਬੰਗਾਲ ਦੇ ਵਿੱਚ ਡਿੱਗ ਜਾਂਦੀ ਹੈ 2525 ਕਿਲੋਮੀਟਰ ਦਾ ਜਿਹੜਾ ਸਫ਼ਰ ਤੈਅ ਕਰਦੀ ਹੈ ਠੀਕ ਹੈ ਜੀ ਅਗਲਾ ਕਰਾਂ ਵੇਅਰ ਇਜ਼ ਦ ਹੈੱਡ ਕੁਆਟਰ ਆਫ ਏਸ਼ੀਅਨ ਡਿਵੈਲਪਮੈਂਟ ਬੈਂਕ ਏ ਡੀ ਬੀ ਕਿੱਥੇ ਹੈ ਦੇਖਿਓ ਆਪਾਂ ਫਿਲੀਪੀਨਸ ਮਨੀਲਾ ਦੇ ਵਿੱਚ ਠੀਕ ਹੈ ਜੀ ਜਨੀਵਾ ਸਵਿਰਜਨ ਲੈਨ ਦੇ ਵਿੱਚ WHO ਦਾ ਹੈਡਕ quarter ਹੈ ਜੀ World Health Organization Washington DC US ਦੇ ਵਿੱਚ ਕਿਹਦਾ ਕਿਹਦਾ ਹੈਡਕ quarter ਹੈ IMF ਦਾ ਹੈਡਕ quarter ਹੈ ਐਂਡ ਆ वर्ल्ड ਬੈਂਕ ਦਾ ਠੀਕ ਹੈ ਜੀ ਨਿਊਯਾਰਕ ਦੇ ਵਿੱਚ UN ਦਾ ਹੈਡਕ quarter ਹੈ ਜੀ ਠੀਕ ਹੈ ਜੀ ਚਲੋ ਅੱਗੇ ਮਾਜੁਲੀ ਇਜ਼ ਦਾ ਲਾਰਜੈਸਟ ਰਿਵਰ ਆਈਲੈਂਡ ਆਫ ਦਾ ਵਰਲਡ ਲੋਕੇਟਿਡ ਇਨ ਮਾਜੁਲੀ ਇੱਕ ਰਿਵਰ ਆਇਲੈਂਡ ਹੈ ਸਰਨਲ ਵੱਡਾ ਆਇਲੈਂਡ ਹੈ ਦੁਨੀਆ ਦਾ ਕਿੱਥੇ ਆਏ ਅਸਮ ਦੇ ਵਿੱਚ ਜਦੋਂ ਆਪਾਂ ਬ੍ਰਹਮਪutra ਰਿਵਰ ਬਾਰੇ ਪੜਿਆ ਸੀ ਤਾਂ ਆਪਾਂ ਉਹ ਮਾਜੂਲੀ ਆਇਲੈਂਡ ਬਾਰੇ ਪੜਿਆ ਸੀ ਇੱਕ ਨੈਸ਼ਨ ਪਾਰਕ ਵੀ ਆ ਜਾਂਦਾ ਜੀ ਇਹਦੇ ਵਿੱਚ ਕਾਜ਼ੀ ਰੰਗਾ ਨੈਸ਼ਨ ਪਾਰਕ ਪਾਰਕ ਕਾਜ਼ੀ ਰੰਗਾ ਨੈਸ਼ਨ ਪਾਰਕ ਕਿੱਥੇ ਹੈ ਇਹ ਇਹ ਹੈਗਾ ਅਸਮ ਦੇ ਵਿੱਚ ਠੀਕ ਹੈ ਜੀ ਇੱਥੇ ਜ਼ਿਆਦਾਤਰ ਫਲੱਡ ਆ ਜਾਂਦੇ ਹੈ ਕਾਜ਼ੀ ਰੰਗਾ ਨੈਸ਼ਨ ਪਾਰਕ ਦੇ ਵਿੱਚ ਤਾਂ ਹੀ ਉਹਦੀ ਮੈਨੇਜਮੈਂਟ ਵਾਸਤੇ ਏਡੀਬਿਨ ਨਾਲ ਟਾਈ ਅਪ ਕੀਤਾ ਹੈ ਟੂ ਆ ਪ੍ਰੀਵੈਂਟ ਸੋਇਲ ਇਰੋਜ਼ਨ ਠੀਕ ਹੈ ਜੀ ਚਲੋ ਮੇਘਾਲਿਆ ਅਰੁਣਾਚਲ ਵੈਸਟ ਬੰਗਾਲ ਸਾਰੇ ਈਸਟਰਨ ਨਾਰਥ ਈਸਟਰਨ ਸਟੇਟ ਠੀਕ ਹੈ ਜੀ ਚਲੋ ਅੱਗੇ ਵਧੋ ਇਸਰੋ ਟੂ ਲਾਂਚ ਮੈਟਰੋਲੋਜੀਕਲ ਸੈਟੇਲਾਈਟ ਇਨਸੈਟ 3DS ਇਨਸੈਟ 3DS ਜਿਹੜਾ ਇਸਰੋ ਨੇ ਲਾਂਚ ਕੀਤਾ ਹੈ ਕਾਦੇ ਵਾਸਤੇ ਕਿਉਂ ਕੀਤਾ ਹੈ ਕਮਿਊਨੀਕੇਸ਼ਨ ਵਾਸਤੇ ਬ੍ਰਾਡਕਾਸਟ ਵਾਸਤੇ ਓਸ਼ਨ ਸਟੱਡੀ ਵਾਸਤੇ ਜਾਂ ਫਿਰ ਵੈਦਰ ਫੋਰਕਾਸਟ ਵਾਸਤੇ ਤਾਂ ਇਹ ਕੀਤਾ ਜੀ ਵੈਦਰ ਫੋਰਕਾਸਟ ਵਾਸਤੇ ਆਪਾਂ ਪਰसों ਪੜਿਆ ਸੀ ਵੈਦਰ ਫੋਰਕਾਸਟ ਵਾਸਤੇ ਜਿਹੜਾ ਇਨਸੈਟ 3DS ਇਸਰੋ ਨੇ ਲਾਂਚ ਕੀਤਾ ਜੀ ਠੀਕ ਹੈ ਜੀ ਆ ਓਸ਼ੀਅਨ ਸਟੱਡੀ ਓਸ਼ੀਅਨ ਸਟੱਡੀ ਵਾਸਤੇ ਇੱਕ ਪੇਸ ਮਿਸ਼ਨ ਜਿਹੜਾ ਸਟਾਰਟ ਕੀਤਾ ਹੈਗਾ ਪੇਸ ਮਿਸ਼ਨ ਪੇਸ ਮਿਸ਼ਨ ਕਿਹਨੇ ਸਟਾਰਟ ਕੀਤਾ ਨਾਸਾ ਨੇ ਨਾਸਾ ਨੇ ਲਾਂਚ ਕੀਤਾ ਹੈ ਓਸ਼ੀਅਨ ਦੀ ਸਟੱਡੀ ਵਾਸਤੇ ਐਸੇ ਓਸ਼ੀਅਨ ਦੀ ਸਟੱਡੀ ਨੂੰ ਆਪਾਂ ਕਹਿੰਦੇ ਆ ਓਸ਼ੀਅਨੋਗ੍ਰਾਫੀ ਓਸ਼ੀਅਨੋਗ੍ਰਾਫੀ ਜਾਂ ਓਸ਼ੀਨੋਲੋਜੀ ਓਸ਼ੀਨੋਲੋਜੀ ਕਹਿ ਦਿੰਦੇ ਆ ਠੀਕ ਹੈ ਜੀ ਚਲੋ ਅੱਗੇ ਚੱਲਦੇ ਆ what is the full form gslv geostationary launch vehicle launch vehicle landing vehicle the lab vehicle ta edi right da ho janda hai geostationary launch vehicle e actually gslv pslv e sare launch vehicle hai jehde satellite nu launch karde hai thik hai ji aage chalde who is road transport and highway ministers of india hun e hun e ek statement aayi hai road transport and highway ministers di ਕਿ ਆਪਾਂ ਬਾਏ 2024 ਬਾਏ ਦ ਐਂਡ ਆਫ 2024 ਇੰਡੀਆ ਦੀਆਂ ਜਿਹੜੀਆਂ ਰੋਡਸ ਐ ਰੋਡ ਨੈਟਵਰਕ ਐ ਉਹ ਕਿਦੇ ਇਕੁਅਲ ਹੋ ਜਾਊਗਾ ਯੂਐਸ ਦੀਆਂ ਰੋਡਸ ਦੇ ਇਕੁਅਲ ਹੋ ਜਾਊਗਾ ਜੀ ਠੀਕ ਹੈ ਜੀ ਬਹੁਤ ਇੰਪ੍ਰੈਸਿਵ ਜੀ ਜਿਹੜੀ ਸਟੇਟਮੈਂਟ ਦਿੱਤੀ ਐ ਕਿਹਨੇ ਦਿੱਤੀ ਐ ਕੌਣ ਐ ਰੋਡ ਟ੍ਰਾਂਸਪੋਰਟ ਐਂਡ ਹਾਈਵੇ ਮਿਨਿਸਟਰ ਉਹ ਹੈਗੇ ਐ ਨਿਤਿਨ ਗੜਕਰੀ ਨਿਤਿਨ ਗੜਕਰੀ ਹੋ ਜਾਂਦੇ ਐ ਠੀਕ ਹੈ ਜੀ ਅਰਜਨ ਮੁੰਡਾ ਆਪਣੇ ਕੌਣ ਐ ਐਗਰੀਕਲਚਰ ਮਿਨਿਸਟਰ ਐ ਜੀ ਠੀਕ ਹੈ ਜੀ ਤੇ ਦਰਬਿੰਦਰ ਪ੍ਰਧਾਨ ਸ੍ਰਿ ਸੁ브੍ਰਮਣੀਮ ਜਯਾਂਸ਼ੰਕਰ ਐਕਸਟਰਨਲ ਅਫੇਅਰ ਮਿਨਿਸਟਰ ਹੈ ਜੀ ਸੁ브੍ਰਮਣੀਮ ਜਯਾਂਸ਼ੰਕਰ ਐਕਸਟਰਨਲ ਅਫੇਅਰ ਮਿਨਿਸਟਰ ਹੈ ਜੀ ਠੀਕ ਹੈ ਜੀ ਤਰਮਿੰਦਰ ਪ੍ਰਧਾਨ ਕੌਣ ਨੇ ਜੀ ਇਹਦੇ ਬਾਰੇ ਕਮੈਂਟ ਦੇ ਵਿੱਚ ਦੱਸਿਓ ਜਰੂਰ ਤੁਹਾਡੇ ਲਈ ਹੋਮਵਰਕ ਹੈ ਠੀਕ ਹੈ ਜੀ ਅੱਗੇ ਚੱਲਦੇ ਹਾਂ WHO ਨੈਲਸਨ ਮੰਡੇਲਾ ਅਵਾਰਡ ਹੈਜ਼ ਬੀਨ ਕਨਫਰਡ ਅਪਨ WHO ਨੈਲਸਨ ਮੰਡੇਲਾ ਅਵਾਰਡ ਬਹੁਤ ਇੰਪੋਰਟੈਂਟ ਹੈ ਇਹ ਹੈਲਥ ਪ੍ਰੋਮੋਸ਼ਨ ਵਾਸਤੇ ਮਿਲਦਾ ਜੀ ਹੈਲਥ ਪ੍ਰੋਮੋਸ਼ਨ ਵਾਸਤੇ ਮਿਲਦਾ ਹੈ ਤਾਂ ਆਬਵੀਅਸਲੀ ਫਿਰ ਇਹ ਇਸ ਨੂੰ ਨਹੀਂ ਮਿਲੂਗਾ ਆਰਬੀਆਈ ਨੂੰ ਇਹ ਨੈਸਕੋ ਨੂੰ ਨਹੀਂ ਇਹ ਮਿਲਦਾ ਨੀਮਹਾਂਸ ਨੂੰ ਨੀਮਹਾਂਸ ਠੀਕ ਹੈ ਜੀ ਆਰਗੇਨਾਈਜੇਸ਼ਨ ਹੈ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋਸਾਇੰਸਸ ਠੀਕ ਹੈ ਜੀ ਇਹ ਬ੍ਰੇਨ ਦੀ ਅੰਡੀਸੀਜ਼ਸ ਵਾਸਤੇ ਜਿਹੜਾ ਜ਼ਿਆਦਾਤਰ ਕੰਮ ਕਰਦਾ ਹੈ ਠੀਕ ਹੈ ਜੀ ਨੀਮਹਾਂਸ ਨੂੰ ਮਿਲਿਆ ਇਹ ਨੈਸ਼ਨਲ ਸੌਰੀ ਨੈਲਸਨ ਮਾਂਡੇਲਾ ਅਵਾਰਡ ਠੀਕ ਹੈ ਜੀ ਨੈਕਸਟ ਚਲਦੇ ਐਸਏਐਫਐਫ ਔਮੈਨਜ਼ ਅੰਡਰ 19 ਚੈਂਪੀਅਨਸ਼ਿਪ 1 ਬਾਈ इंडिया बांग्लादेश इंडियन एंड बांग्लादेश और नानोथ अभाव तेदा आंसर होजुगा जी इंडिया एंड बांग्लादेश बोथ एक अनएक्सपेक्टेड जी इवेंट ਹੋਇਆ ਮੈਂ ਸਟੋਰੀ ਸੁਣਾਈ ਸੀ ਪਿਛਲੀ ਕਲਾਸ ਦੇ ਵਿੱਚ ਜਿਨੇ ਜਿਨੇ 11th ਫੈਬ ਦੇ ਕਰੰਟ ਅਫੇਅਰ ਨਹੀਂ ਦੇਖੇ ਤਾਂ ਮੈਂ ਡਿਸਕ੍ਰਿਪਸ਼ਨ ਬਾਕਸ ਜਿਹੜਾ ਉਹਨਾਂ ਦਾ ਲਿੰਕ ਦਿੱਤਾ ਹੋਇਆ ਵੀਡੀਓ ਦਾ ਪਲੀਜ਼ ਜ਼ਰੂਰ ਜਾ ਕੇ ਦੇਖੋ ਉਸ ਤੋਂ ਬਾਅਦ ਇਹਦੀ ਫਿਰ ਰਿਵੀਜ਼ਨ ਕਰੋ ਠੀਕ ਹੈ ਜੀ ਤਾਂ ਇੰਡੀਆ ਤੇ ਬੰਗਲਾਦੇਸ਼ ਦੋਨਾਂ ਨੂੰ ਜੁਆਇੰਟ ਵਿਨਰਸ ਜਿਹੜੇ ਡਿਕਲੇਅਰ ਕੀਤਾ ਗਿਆ ਸੀ ਕੁਝ ਅਨਐਕਸਪੈਕਟਿਡ ਈਵੈਂਟ ਹੋ ਗਏ ਸੀ ਆਪਾਂ ਪੜ੍ਹਿਆ ਸੀ ਸ਼ੋਰਟ ਦੇ ਵਿੱਚ ਦੱਸ ਦਿੰਨਾ ਕਿ ਪਹਿਲਾਂ 1-1 ਤੇ ਇਕੁਅਲ ਰਹਿ ਗਈ ਸੀ 90 ਮਿੰਟ ਦੇ ਖੇਡ ਖੇਡ ਤੋਂ ਬਾਅਦ ਠੀਕ ਹੈ ਜੀ ਉਸ ਤੋਂ ਬਾਅਦ 11-11 ਪੈਨਲਟੀਆਂ ਹੋ ਗਈਆਂ ਸੀਗੀਆਂ ਫਿਰ ਉਹਨਾਂ ਨੇ ਸੋਚਿਆ ਕਿ ਕੁਆਇਨ ਟਾਸ ਕਰਕੇ ਜਿਹੜੀ ਡਿਸਾਈਡ ਕਰ ਲੈਣੇ ਹਨ ਵਿਨਰ ਕੁਆਇਨ ਤੋਂ ਬਾਅਦ ਫੋਰਚੂਨੇਟਲੀ ਇੰਡੀਆ ਜਿੱਤ ਗਿਆ ਬਟ ਉੱਥੇ ਕੀ ਰੌਲਾ ਪੈ ਗਿਆ ਪ੍ਰੋਟੈਸਟ ਕਰਨ ਨਾਲ ਸਟਾਰਟ ਕਰਤਾ ਜਿਹੜੇ ਬੰਗਲਾਦੇਸ਼ ਦੇ ਪਲੇਅਰਸ ਨੇ ਉੱਥੋਂ ਦੇ ਜਿਹੜੇ ਲੋਕਾਂ ਨੇ ਠੀਕ ਹੈ ਤਾਂ ਫਿਰ ਕੀ ਹੋਇਆ ਜ ਜਿਊਰੀ ਨੇ ਕੀ ਕੀਤਾ ਜੁਆਇੰਟ ਵਿਨਰਸ ਕੋਸ਼ਤ ਕਰਤਾ ਸੀ ਠੀਕ ਹੈ ਜੀ ਸੋ ਇੰਡੀਆ ਤੇ ਬੰਗਲਾਦੇਸ਼ ਦੋਨੋਂ ਵਿਨਰਸ ਹੈ ਨੈਕਸਟ ਵਿਚ ਸਟੇਟ ਹੈਜ਼ ਬਿਕਮ ਦਾ ਫਰਸਟ ਨਾਰਥ-ਈਸਟ ਸਟੇਟ ਟੂ ਰੀਇਨਸਟੇਟ 올ਡ ਪੈਨਸ਼ਨ ਸਕੀਮ ਫਾਰ EMPLOYEES ਪਹਿਲਾ ਦੇਸ਼ ਕਿਹੜਾ ਬਣ ਗਿਆ ਸੌਰੀ ਪਹਿਲਾ ਕਿਹੜਾ ਸਟੇਟ ਬਣ ਗਿਆ ਨਾਰਥ-ਈਸਟ ਦਾ ਜਿਨੇ OPS ਜਿਹੜੀ ਦੁਬਾਰਾ ਰੀਇਨਸਟੇਟ ਕਰਦੀ ਹੈ ਉਹ ਹੈਗਾ ਜੀ ਸਿੱਕਮ ਸਿੱਕਮ ਠੀਕ ਹੈ ਜੀ ਨੈਕਸਟ इंटरनेशनल डे ऑफ वेमेन एंड गर्ल्स इन साइंस इज सेलिब्रेटेड ऑन फेब एवरी ईयर इज थीम ऑफ दिस टू थाउजेंड ट्वेंटी मैं कोई ऑप्शन नहीं दिते थीम दसना है ता, कमेंट करके जल्दी दसो थीम टू थाउजेंड ट्वेंटी फोर का इंटरनेशनल डे ऑफ वेमेन एंड गर्ल्स इन साइंस सैंसा थीम हो जाता है जी वेमेन इन साइंस विमैन In science leadership, women in science leadership, a new era for sustainability, a new era for sustainability. Sustainability. This is the theme of International Day of Women and Girls in Science of year 2024, which is celebrated every year on.

이어폰 ਵਾਲੀ ਕੰਪਨੀ ਹੈ ਬੋਟ ਠੀਕ ਹੈ ਜੀ ਕੈटरीना कैफ ਸੀਐਸਕੇ ਦੇ ਬ੍ਰਾਂਡ ਐਮਬੈਸਡਰ ਹੈ ਸ਼ਾਨਿਆ ਕਪੂਰ ਹੈਗੇ ਆ ਬ੍ਰਾਂਡ ਐਮਬੈਸਡਰ ਪਿਉਮਾ ਇੰਡੀਆ ਦੇ ਪਿਉਮਾ ਇੰਡੀਆ ਠੀਕ ਹੈ ਜੀ ਤਾਂ ਆਬਵੀਅਸਲੀ ਲਾਸਟ ਨਰਿੰਦਰ ਕੁਮਾਰ ਯਾਦਵ ਇੱਕ ਆਈਆਰਐਸ ਆਫੀਸਰ ਹੈ ਜਿਨ੍ਹਾਂ ਨੂੰ ਫਿਟ ਇੰਡੀਆ ਮੂਵਮੈਂਟ ਦੇ ਜਿਹੜੇ ਬ੍ਰਾਂਡ ਐਮਬੈਸਡਰ ਬਣਾਇਆ ਗਿਆ ਠੀਕ ਹੈ ਜੀ ਨੈਕਸਟ 67th all india police duty meet in lakhnow will be hosted by all india police duty meet بلائی گئی ہے لکھنؤ دے وچ ہونا ہے ہوسٹ کون کرے گا سی آر پی ایف آر پی ایف آئی ٹی پی بی یا ایم او ایچ دس ویل بی ہوسٹڈ بائے آر پی ایف ٹھیک ہے جی سی آر پی ایف آئی ٹی پی بی انہاں دا جڑا تے آر پی ایف تینوں دا ہیڈ کوارٹر کدے ہے نیو دہلی ہے ٹھیک ہے جی ਤੇ MOHK ਮਿਨਿਸਟਰੀ ਆਫ ਹੋਮ ਅਫੇਅਰਸ ਕੌਣ ਹੈ ਮਿਨਿਸਟਰ ਆਫ ਹੋਮ ਅਫੇਅਰਸ ਆਪਣੇ ਅਮਿਤ ਸ਼ਾਹ ਜੀ ਨੈਕਸਟ ਵਿਚ 에어ਪੋਰਟ ਹੋਲਡਸ ਦਾ ਟਾਈਟਲ ਆਫ ਦਾ ਬਿਜ਼ੀਐਸਟ 에어ਪੋਰਟ ਇਨ ਦਾ ਵਰਲਡ ਪੜਿਆ ਸੀ ਆਪਾਂ ਬਿਜ਼ੀਐਸਟ 에어ਪੋਰਟ ਆਫ ਦਾ ਵਰਲਡ ਕਿਨੂੰ ਦੱਸਿਆ ਗਿਆ ਹੈ ਥੈਟ ਇਜ਼ ਆਬਵੀਅਸਲੀ ਸੀ ਹਾਰਸਫੀਲਡ ਜੈਕਸਨ ਅਟਲਾਂਟਾ 에어ਪੋਰਟ ਯੂਐਸ ਤੇ ਹੈ ਠੀਕ ਹੈ ਜੀ ਥਿਸ ਇਜ਼ ਦਾ ਬਿਜ਼ੀਐਸਟ 에어ਪੋਰਟ ਆਫ ਦਾ ਵਰਲਡ ਠੀਕ ਹੈ ਜੀ ਬਾਕੀਆਂ ਬਾਰੇ ਪੜ੍ਹ ਲੈਂਦੇ ਹਾਂ ਕਿੰਗ ਫਹਾਦ 에어ਪੋਰਟ ਯੂਏਈ ਦੇ ਵਿੱਚ ਹੈ ਜੀ ਇਹ ਦਿਸ ਇਜ਼ ਦਾ బిਗੇਸਟ 에어ਪੋਰਟ ਆਫ ਦਾ ਵਰਲਡ బిਗੇਸਟ ਸਾਰ ਨਾਲੋਂ ਵੱਡਾ 에어ਪੋਰਟ ਹੈ ਠੀਕ ਹੈ ਜੀ ਆ ਦਿਉਚੰਗ ਯੇਡਿੰਗ 에어ਪੋਰਟ ਇਹ ਸਾਰ ਦੁਨੀਆ ਦਾ ਹਾਈਐਸਟ 에어ਪੋਰਟ ਹੈ ਹਾਈਐਸਟ ਐਲਟੀਟਿਊਡ ਤੇ ਜਿਹੜਾ 에어ਪੋਰਟ ਹੈ ਇਹ ਠੀਕ ਹੈ ਜੀ ਦਿਉਚੰਗ ਯੇਡਿੰਗ 에어ਪੋਰਟ ਠੀਕ ਹੈ ਜੀ ਛਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਟਰਮੀਨਲ ਬਿਜ਼ੀਐਸਟ 에어ਪੋਰਟ ਆਫ ਇੰਡੀਆ ਬਿਜ਼ੀਐਸਟ 에어ਪੋਰਟ ਆਫ ਦਾ ਇੰਡੀਆ ਜੀ ਨੈਕਸਟ ਲਓ ਜੀ ਇਹਦੇ ਨਾਲ ਹੀ ਆਪਣੀ ਕਲਾਸ ਖਤਮ ਹੋ ਜਾਂਦੀ ਹੈ ਠੀਕ ਹੈ ਜੀ ਤੇ ਇਹ ਕੁਐਸਚਨ ਇੱਕ ਤੁਹਾਡੇ ਲਈ ਹੋਮਵਰਕ ਰੱਖਿਆ ਗਿਆ ਹੈ ਠੀਕ ਹੈ ਜੀ ਹੋਮਵਰਕ ਕੀ ਹੈ 112th edition of Australian Open Tennis Grand Slam was held at Melbourne Park Australia from 14 to 28th January 2024 who is the winner of the men's single event ਤੁਸੀਂ ਕੀ ਦੱਸਣਾ ਹੈ ਕਿ ਸਿਮ ਮੈਨਸ ਸਿੰਗਲ ਇਵੈਂਟ ਦੇ ਵਿੱਚ ਕੌਣ ਵਿਨਰ ਰਿਹਾ ਹੈ ਆਸਟ੍ਰੇਲੀਅਨ ਓਪਨ ਦੇ ਵਿੱਚ ਇਹ ਚਾਰ ਟੈਨਿਸ ਤੇ ਗ੍ਰੈਂਡ ਸਲੈਮ ਹੁੰਦੇ ਆ ਹਰ ਸਾਲ ਆਸਟ੍ਰੇਲੀਅਨ ਓਪਨ ਫ੍ਰੈਂਚ ਓਪਨ ਵਿੰਬਲਡਨ ਓਪਨ ਤੇ ਯੂਐਸ ਓਪਨ ਠੀਕ ਹੈ ਜੀ ਤੇ ਫਸਟ ਹੋ ਗਿਆ ਇਹ ਇੰਡੀਆ ਦਾ ਜਿਹੜਾ ਫੈਬ ਦੇ ਵਿੱਚ ਸੌਰੀ ਇਹ ਜਨਵਰੀ ਦੇ ਵਿੱਚ ਹੀ ਹੋ ਗਿਆ ਸਾਲ ਠੀਕ ਹੈ ਜੀ ਆਸਟ੍ਰੇਲੀਅਨ ਓਪਨ ਇਹਦੇ ਸਿੰਗਲ ਈਵੈਂਟ ਦੇ ਵਿਨਰ ਕੌਣ ਹੈ ਜੀ ਇਹ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਸੋ ਦਿਸ ਵਾਸ 올 अबाउट द क्लास क्लास ਵਰੀ ਲੱਗੀ ਤਾਂ ਸ਼ੇਅਰ ਕਰੋ ਅੱਗੇ ਸਬਸਕ੍ਰਾਈਬ ਕਰੋ ਬਾਤ ਤੋਂ ਬਾਅਦ ਲਾਈਕ ਕਰੋ ਐਂਡ ਪੈਸ ði ਬੈਲ ਆਈਕਨ ਇਫ ਯੂ ਵਾਂਟ ਟੂ ਗੈਟ ਨੋਟੀਫਾਈਡ ਅਬਾਊਟ ði ਅਪਕਮਿੰਗ ਵੀਡੀਓਜ਼ ਸੋ ਥੈਂਕਸ ਫਾਰ ਵਾਚਿੰਗ